ਅੱਜ ਦੀ ਕਲਾਸ ਦੇ ਵਿੱਚ ਡਿਸਕਸ ਕਰਾਂਗੇ ਜੀ ਮਿਕਸ ਕੁਐਸਚਨ ਆਨਸਰ, ਕਿਉਂਕਿ ਨਵੇਂ ਵੀਟਰ ਨੇ ਆਪਣੇ ਚੈਨਲ 'ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਦਬਾਉਣਾ ਨਾ ਭੁੱਲਣ। ਥੋੜ੍ਹਾ ਜਿਹਾ ਸਪੀਡ ਨਾਲ ਜੁਆਇਨ ਕਰੋ ਅਤੇ ਲਿੰਕ ਵੀ ਜਲਦੀ ਸ਼ੇਅਰ ਕਰ ਦਿਉ। ਨਮਸਕਾਰ, ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ ਜੀ। ਵੱਧਦੇ ਆ ਜੀ ਕੁਐਸਚਨ ਨੰਬਰ 1 ਦੇ ਵੱਲ। ਸੋ ਅੱਜ ਦਾ ਪਹਿਲਾ ਕੁਐਸਚਨ ਹੈ ਜੀ, ਸ਼ਿਵ ਕੁਮਾਰ ਬਟਾਲਵੀ ਦਾ ਜਨਮ ਕਦੋਂ ਹੋਇਆ? ਆਪਸ਼ਨ ਏ 8 ਅਕਤੂਬਰ 1936, ਬੀ 8 ਅਕਤੂਬਰ 1933, ਸੀ 8 ਅਕਤੂਬਰ 1937, ਅਤੇ ਡੀ 8 ਅਕਤੂਬਰ 1938। ਸੋ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਜੇ 36 ਵਾਲੇ ਈਅਰ ਹੋਵੇ, ਠੀਕ ਹੈ, ਤਾਂ 36 ਜਦੋਂ ਆਪਾਂ ਬੋਲਦੇ ਹਾਂ ਤਾਂ ਉਹਦੇ ਮਗਰਲਾ ਅੱਖਰ ਉਸੇ ਤਰੀਕੇ ਨਾਲ ਤੁਸੀਂ ਇਸ ਨੂੰ ਯਾਦ ਰੱਖ ਲੈਣਾ। ਸੋ ਆਈ ਹੋਪ ਕਿ ਯਾਦ ਹੋਵੇਗਾ, ਠੀਕ ਹੈ ਜੀ। ਸੋ ਇਸ ਕੁਐਸਚਨ ਦੇ ਲਈ ਆਂਸਰ ਸਹੀ ਕਰਿਆ ਜਾਵੇ, ਸੀ ਆਂਸਰ, ਜਿਹੜੇ ਵੀ ਕਰ ਰਹੇ ਨੇ ਬਿਲਕੁਲ ਠੀਕ ਆਂਸਰ ਹੈ ਜੀ, 8 ਅਕਤੂਬਰ 1937। ਕੁਐਸਚਨ ਨੰਬਰ 2 ਦੇ ਵੱਲ ਵਧਣ ਤੋਂ ਪਹਿਲਾਂ ਨੋਟ ਕਰੋ ਕਿ 23 ਜੁਲਾਈ 1936 ਵੀ ਮਿਲਦਾ, ਇਸੇ 36 ਦੀ ਗੱਲ ਕਰ ਰਿਹਾ ਸੀ। ਤੱਤਾ ਜਿਹੜਾ ਆਉਂਦਾ 36 ਦੇ ਵਿੱਚ, ਤੱਤੇ ਤੋਂ 23, ਇਸ ਤਰ੍ਹਾਂ ਤੁਸੀਂ ਯਾਦ ਰੱਖਣਾ। ਕੁਐਸਚਨ ਨੰਬਰ 2 ਦੇ ਵੱਲ ਵੱਧਦੇ ਹਾਂ। ਜਵਾਨ ਪੰਜਾਬ ਦੀ ਕਵਿਤਾ ਵਿੱਚ ਪੂਰਨ ਸਿੰਘ ਨੇ ਪੰਜਾਬੀਆਂ ਦੇ ਸੁਭਾਅ ਕਿਹੋ ਜਿਹੇ ਸੁਭਾਅ ਨੂੰ ਪੇਸ਼ ਕੀਤਾ ਹੈ? ਆਪਸ਼ਨ ਏ ਸੰਕੋਚੀ, ਬੀ ਖੁੱਲ੍ਹੇ ਅਤੇ ਅਲਬੇਲੇ, ਸੀ ਵਹਿਮਾਂ ਭਰਮਾਂ ਨਾਲ ਘਿਰੇ ਹੋਏ, ਅਤੇ ਡੀ ਬੇਮੁਖੇ। ਕੁਐਸਚਨ ਨੰਬਰ 2 ਦੇ ਲਈ ਆਂਸਰ ਕਰੋ। ਹਾਂਜੀ, ਪ੍ਰਸ਼ਨ ਨੰਬਰ 2 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਨਮਸਕਾਰ, ਸਤਿ ਸ਼੍ਰੀ ਅਕਾਲ ਜੀ। 2 ਨੰਬਰ ਦੇ ਲਈ ਜਿਹੜੇ ਵੀ ਆਂਸਰ ਕਰ ਰਹੇ ਨੇ ਖੁੱਲ੍ਹੇ ਅਤੇ ਅਲਬੇਲੇ ਨੂੰ, ਬਿਲਕੁਲ ਠੀਕ ਹੈ ਜੀ। ਕੁਐਸਚਨ ਨੰਬਰ 3। 3 ਨੰਬਰ ਕੁਐਸਚਨ ਹੈ, ਸ਼ਿਵ ਕੁਮਾਰ ਬਟਾਲਵੀ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਦੇ ਲਈ ਮਿਲਿਆ? ਆਪਸ਼ਨ ਏ ਪੀੜਾਂ ਦਾ ਪਰਾਗ, ਬੀ ਲਾਜਵੰਤੀ ਸੀ ਅਸਾਂ ਨੂੰ ਅਸਾਂ ਅਤੇ ਜੋਬਨ ਰੁੱਤੇ ਮਰਨਾ, ਅਤੇ ਡੀ ਹੈ ਜੀ ਲੂਣਾ। ਕੁਐਸਚਨ ਨੰਬਰ 3 ਲਈ ਆਂਸਰ ਕਰੋ, ਕਿਹੜੀ ਰਚਨਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ? ਸੋ 3 ਦੇ ਲਈ ਜਿਨ੍ਹਾਂ ਨੇ ਆਂਸਰ ਕਰਿਆ ਡੀ ਆਪਸ਼ਨ ਲੂਣਾ, ਬਿਲਕੁਲ ਠੀਕ ਉੱਤਰ ਹੋਵੇਗਾ। ਕੁਐਸਚਨ ਨੰਬਰ 4, ਪੂਰਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਸੀ? ਆਪਸ਼ਨ ਏ ਖੁੱਲ੍ਹੇ ਮੈਦਾਨ, ਬੀ ਖੁੱਲ੍ਹੇ ਕੁੰਡ, ਸੀ ਖੁੱਲ੍ਹੇ ਅਸਮਾਨੀ ਰੰਗ, ਅਤੇ ਡੀ ਖੁੱਲ੍ਹੇ ਲੇਖ। ਪ੍ਰਸ਼ਨ ਨੰਬਰ 4 ਦੇ ਲਈ ਸਹੀ ਉੱਤਰ ਚੁਣੋ। ਪ੍ਰੋਫੈਸਰ ਪੂਰਨ ਸਿੰਘ ਦਾ ਪਹਿਲਾ ਕਾਵਿ ਸੰਗ੍ਰਹਿ ਪੁੱਛਿਆ ਗਿਆ, ਕਰੋ ਜੀ ਆਂਸਰ ਕੁਐਸਚਨ ਨੰਬਰ 4 ਦੇ ਲਈ। ਸੋ ਜਿਹੜੇ ਵੀ ਆਂਸਰ ਕਰ ਰਹੇ ਨੇ 4 ਨੰਬਰ ਦੇ ਲਈ ਖੁੱਲ੍ਹੇ ਮੈਦਾਨ, ਹਾਂਜੀ, ਜਿਨ੍ਹਾਂ ਦਾ ਵੀ ਆਂਸਰ ਆਇਆ ਖੁੱਲ੍ਹੇ ਮੈਦਾਨ, ਬਿਲਕੁਲ ਸਹੀ ਉੱਤਰ ਏ। ਕੁਐਸਚਨ ਨੰਬਰ 5 ਵੱਲ ਵੱਧ। 5 ਨੰਬਰ ਏ, ਅੰਮ੍ਰਿਤਾ ਪ੍ਰੀਤਮ ਨੇ ਕਿਹੜਾ ਰਸਾਲਾ ਕੱਢਿਆ? ਆਪਸ਼ਨ ਏ ਫੁਲਵਾੜੀ, ਬੀ ਪ੍ਰੀਤ ਲੜੀ, ਸੀ ਪੰਜ ਦਰਿਆ, ਅਤੇ ਡੀ ਨਾਗਮਣੀ। ਕੁਐਸਚਨ ਨੰਬਰ 5 ਦੇ ਲਈ ਆਂਸਰ ਕਰੋ। ਪ੍ਰਸ਼ਨ ਨੰਬਰ 5 ਸਹੀ ਉੱਤਰ 5 ਨੰਬਰ ਲਈ ਚੁਣਿਆ ਜਾਵੇ, ਨਾਗਮਣੀ ਰਸਾਲਾ ਕੱਢਿਆ, ਬਿਲਕੁਲ ਠੀਕ ਹੈ ਜੀ, ਜਿਹੜੇ ਆਪਸ਼ਨ ਡੀ ਦੇ ਨਾਲ ਜਾ ਰਹੇ ਨੇ। ਕੁਐਸਚਨ ਨੰਬਰ 6, ਹਾਂਜੀ, ਮਾਸਕ ਰਸਾਲਾ ਸੀ ਨਾਗਮਣੀ। ਕੁਐਸਚਨ ਨੰਬਰ 6 ਆ, ਸ਼ਿਵ ਕੁਮਾਰ ਬਟਾਲਵੀ ਨੂੰ ਪੰਜਾਬ ਦਾ ਡੈਸ਼ ਕਿਹਾ ਜਾਂਦਾ ਹੈ? ਆਪਸ਼ਨ ਏ ਕੀਟਸ, ਬੀ ਵਰਡਸਵਰਥ, ਸੀ ਸ਼ੈਲੇ, ਅਤੇ ਡੀ ਏ ਅਤੇ ਸੀ। ਕਰੋ ਜੀ ਆਂਸਰ ਕੁਐਸਚਨ ਨੰਬਰ 6 ਦੇ ਲਈ। 6 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ, ਡੀ ਆਂਸਰ ਕਰਨ ਵਾਲੇ ਸਾਰੇ ਕੈਂਡੀਡੇਟ ਬਿਲਕੁਲ ਠੀਕ ਨੇ। ਕੁਐਸਚਨ ਨੰਬਰ 7। 7 ਨੰਬਰ ਏ, ਕਿਹੜਾ ਸੰਗ੍ਰਹਿ ਪੂਰਨ ਸਿੰਘ ਦੀ ਮੌਤ ਤੋਂ ਬਾਅਦ ਛਪਿਆ? ਆਪਸ਼ਨ ਏ ਖੁੱਲ੍ਹੇ ਮੈਦਾਨ, ਬੀ ਖੁੱਲ੍ਹੇ ਕੁੰਡ, ਸੀ ਖੁੱਲ੍ਹੇ ਅਸਮਾਨੀ ਰੰਗ, ਅਤੇ ਡੀ ਖੁੱਲ੍ਹੇ ਲੇਖ। ਹਾਂਜੀ, ਖੁੱਲ੍ਹੇ ਲੇਖ ਹੋਣਾ ਸੀ ਡੀ ਆਪਸ਼ਨ 'ਚ, ਬਟ ਇੱਥੇ ਲੇਖ ਟਾਈਪ ਹੋ ਗਿਆ। 7 ਨੰਬਰ ਦੇ ਲਈ ਸਹੀ ਆਂਸਰ ਕਰਿਆ ਜਾਵੇ, ਕਿਹੜਾ ਸੰਗ੍ਰਹਿ ਪੂਰਨ ਸਿੰਘ ਦੀ ਮੌਤ ਤੋਂ ਬਾਅਦ ਛਪਿਆ? ਖੁੱਲ੍ਹੇ ਅਸਮਾਨੀ ਰੰਗ ਜਿਨ੍ਹਾਂ ਨੇ ਆਂਸਰ ਕੀਤਾ, ਬਿਲਕੁਲ ਠੀਕ ਆਂਸਰ ਹੈ। ਕੁਐਸਚਨ ਨੰਬਰ 8 ਦੇ ਵੱਲ ਵੱਧਦੇ ਹਾਂ ਜੀ, ਨਾਗਮਣੀ ਰਸਾਲੇ ਦਾ ਪ੍ਰਕਾਸ਼ਨ ਸਾਲ ਦੱਸੋ। ਆਪਸ਼ਨ ਏ 1928, ਬੀ 1938, ਸੀ 1956, ਡੀ 1966। ਕਰੋ ਜੀ ਆਂਸਰ ਕੁਐਸਚਨ ਨੰਬਰ 8 ਦੇ ਲਈ। ਪ੍ਰਸ਼ਨ ਨੰਬਰ 8 ਲਈ ਸਹੀ ਆਂਸਰ ਕਰਿਆ ਜਾਵੇ, ਜਿਹੜੇ ਵੀ 8 ਨੰਬਰ ਦੇ ਲਈ 1938 ਆਂਸਰ ਕਰ ਰਹੇ ਨੇ, ਹਾਂਜੀ, 1938 ਵਾਲੇ ਸਾਰੇ ਗਲਤ ਨੇ। ਨਾਗਮਣੀ ਰਸਾਲੇ ਦਾ ਪ੍ਰਕਾਸ਼ਨ ਸਾਲ 1966 ਹੋਵੇਗਾ ਜੀ, ਅਤੇ ਨਾਗਮਣੀ ਇੱਕ ਸੰਗ੍ਰਹਿ ਵੀ ਆ, ਉਹਦਾ 64 ਹੈ ਜੀ, ਯਾਦ ਰੱਖਣਾ। ਕੁਐਸਚਨ ਨੰਬਰ 9, ਸ਼ਿਵ ਕੁਮਾਰ ਬਟਾਲਵੀ ਦੇ ਉਸਤਾਦ ਦਾ ਕੀ ਨਾਂ ਸੀ? ਆਪਸ਼ਨ ਏ ਰਾਮ ਮੁਹੰਮਦ, ਬੀ ਬਰਕਤ ਰਾਮ,
सी ख्याली राम ते डी दर्शन राम क्वेश्चन नंबर 9 ਦੇ ਲਈ ਆਨਸਰ ਕਰੋ। हाँ जी, शिव कुमार बटालवी के उस्ताद का ना जिहड़े भी आंसर कर रहे हैं बरकत राम, सब का सही उत्तर है जी। क्वेश्चन नंबर 10 वल वधदे हां जी। हाँ जी, पूरन सिंह दीआं कविताओं विच किस दे वर्गा बैंड सी? ऑप्शन ए हवा, बी घोड़े, सी बदलों ते, डी दरियावां वर्गा। क्वेश्चन नंबर 10 ਲਈ ਆਨਸਰ, प्रोफेसर पूरन सिंह दीआं कविताओं विच किस दे वर्गा बैंड सी? सो जिहड़े आंसर कर रहे हैं जी दरियावां वर्गा, ठीक उत्तर होगा क्वेश्चन नंबर 11। नवी दुनिया रसाले का प्रकाशन साल दसो। ऑप्शन 1928, बी 1938, सी 1956, डी 1966। क्वेश्चन नंबर 11, 11 नंबर लिए आंसर करो। 11 लिए 1938 जड़े आंसर कर रहे हैं ठीक होंगे जी, बाकी करें जी नोट। क्वेश्चन नंबर 12, लूणा की विधा की? ऑप्शन ए कविता, बी नाटक, सी वार्तक, डी काव्य संग्रह, सॉरी काव्य नाटक। क्वेश्चन नंबर 12 के लिए आंसर करो, लूणा की विधा की है, कविता, नाटक, वार्तक या काव्य नाटक जी? जेडे आंसर कर रहे हैं 12 नंबर के लिए ऑप्शन डी, ठीक उत्तर होगा जी काव्य नाटक। क्वेश्चन नंबर 13, 13 नंबर है, पूरन सिंह के अनुसार रांझे ने किस तो जोग लिया? ऑप्शन ए पंज पीरां तो, बी बालनाथ, सी गोरखनाथ, डी मछिंद्रनाथ। करैक्ट आंसर क्वेश्चन नंबर 13 ਲਈ ਆਨਸਰ ਕਰਿਆ ਜਾਵੇ ਜੀ, ਵੈਰੀ ਗੁੱਡ ਈਵਨਿੰਗ ਜੀ। ਕੁਐਸਚਨ ਨੰਬਰ 13 ਦੇ ਲਈ ਆਨਸਰ ਕਰੋ ਕਿ ਕਿਸ ਤੋਂ ਜੋਗ ਲਿਆ? ਪੂਰਨ ਸਿੰਘ ਨੇ ਬਿਲਕੁਲ ਠੀਕ ਆਨਸਰ ਆ, ਜਿਹੜੇ ਵੀ ਆਨਸਰ ਕਰ ਰਹੇ ਨੇ ਬਾਲਨਾਥ। ਕੁਐਸਚਨ ਨੰਬਰ 14 ਵੱਲ ਵਧਦੇ ਹਾਂ ਜੀ, ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਕਦੋਂ ਮਿਲਿਆ? ਆਪਸ਼ਨ ਏ 1956, ਬੀ 1969, ਸੀ 1981 ਅਤੇ ਡੀ 2004। ज्ञानपीठ पुरस्कार पूछा गया है, सो ध्यानपूर्वक आंसर कराया जाए। हाँ जी, 14 नंबर क्वेश्चन के लिए सही आंसर चुनो, कदों मिलिया ज्ञानपीठ पुरस्कार? जिन्होंने भी आंसर 1981 करिया ठीक है जी। हुण देखो इस दे लई कई अड अड ईयर मिलते हैं, तुहानू दूजी क्लास दे विच भी दसे सी जदों आपां ਅੰਮ੍ਰਿਤਾ ਪ੍ਰੀਤਮ ਦੀ ਕਲਾਸ ਲਗਾਈ ਸੀ ਕਿ ਗਿਆਨਪੀਠ ਵੱਲੋਂ ਤਾਂ 1981 ਹੀ ਸਹੀ ਈਅਰ ਦੱਸਿਆ ਜਾਂਦਾ, ਪਰ ਮੋਸਟਲੀ ਲੇਖਕ ਜਿਹੜੇ ਆ 1982 ਨੂੰ ਸਹੀ ਮੰਨਦੇ ਆ, ਪਰ ਅੰਮ੍ਰਿਤਾ ਪ੍ਰੀਤਮ ਖੁਦ 1983 ਦੱਸਦੇ ਨੇ। ਸੋ ਥੋੜ੍ਹਾ ਜਿਹਾ ਮਤਭੇਦ ਹੈ ਜੀ, ਠੀਕ ਹੈ ਜੀ। ਕੁਐਸਚਨ ਨੰਬਰ 15 ਦੀ ਵੱਲ ਵੱਧਦੀ ਹੈ। ਹਾਂਜੀ, ਕਾਗਜ਼ ਅਤੇ ਕੈਨਵਸ ਦੇ ਲਈ ਮਿਲਿਆ ਸੀ ਕੁਐਸਚਨ ਨੰਬਰ 15। ਸ਼ਿਵ ਕੁਮਾਰ ਬਟਾਲਵੀ ਦਾ ਪਹਿਲਾ ਕਾਵਿ ਸੰਗ੍ਰਹਿ ਕਿਹੜਾ ਸੀ? ਆਪਸ਼ਨ ਏ ਬਿਰਹਾ ਤੋਂ ਸੁਲਤਾਨ, ਬੀ ਪੀੜਾਂ ਦਾ ਪਰਾਗਾ, ਸੀ ਲਾਜਵੰਤੀ ਅਤੇ ਡੀ ਆਰਤੀ। 15 ਨੰਬਰ ਲਈ ਆਨਸਰ ਕਰਿਆ ਜਾਵੇ। ਕੁਐਸਚਨ ਨੰਬਰ 15 ਦੇ ਲਈ ਸਹੀ ਆਨਸਰ ਕਰੋ ਜੀ। ਜੀ, ਪਹਿਲਾ ਕਾਵਿ ਸੰਗ੍ਰਹਿ ਪੁੱਛਿਆ ਗਿਆ, ਸੋ ਜਿਨ੍ਹਾਂ ਨੇ ਪੀੜਾਂ ਦਾ ਪਰਾਗਾ ਆਨਸਰ ਕਰਿਆ ਹੈ ਸਭ ਦਾ ਠੀਕ ਆਨਸਰ ਹੈ ਕੁਐਸਚਨ ਨੰਬਰ 16। ਪੂਰਨ ਸਿੰਘ ਲਾਹੌਰ ਦੇ ਕਿਸ ਇੰਸਟੀਚਿਊਟ ਦੇ ਪ੍ਰਿੰਸੀਪਲ ਰਹੇ? ਆਪਸ਼ਨ ਏ ਮਿੱਤਰਾ, ਬੀ ਅਲੈਗਜੈਂਡਰਾ, ਸੀ ਡਾਇਮੰਡ ਜੁਬਲੀ ਅਤੇ ਡੀ ਇੰਸਟੀਟਿਊਸ਼ਨ ਆਫ ਐਜੂਕੇਸ਼ਨ। ਕਰੋ ਜੀ ਆਨਸਰ ਕੁਐਸਚਨ ਨੰਬਰ 16 ਦੇ ਲਈ। ਹਾਂਜੀ, 16 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। ਸੋਲ੍ਹਾਂ ਦੇ ਲਈ ਜਿਨ੍ਹਾਂ ਨੇ ਆਨਸਰ ਕਰਿਆ ਡਾਇਮੰਡ ਜੁਬਲੀ, ਬਿਲਕੁਲ ਠੀਕ ਉੱਤਰ ਹੋਵੇਗਾ। ਕੁਐਸਚਨ ਨੰਬਰ 17 ਦੇ ਵੱਲ ਵੱਧਦੇ ਹਾਂ, ਅੰਮ੍ਰਿਤਾ ਪ੍ਰੀਤਮ ਨੂੰ ਗਿਆਨਪੀਠ ਪੁਰਸਕਾਰ ਕਿਸ ਰਚਨਾ ਲਈ ਮਿਲਿਆ? ਆਪਸ਼ਨ ਏ ਮੈਂ ਤਾਰੀਖ ਆ ਹਿੰਦ ਦੀ, ਬੀ ਕਾਗਜ਼ ਅਤੇ ਕੈਨਵਸ, ਸੀ ਮੈਂ ਜਮਾਂ ਤੂੰ ਅਤੇ ਡੀ ਅੱਜ ਅੱਖਾਂ ਵਾਰਿਸ ਸ਼ਾਨ। ਕੁਐਸਚਨ ਨੰਬਰ 17 ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ, ਪ੍ਰਸ਼ਨ ਨੰਬਰ 17 ਸਹੀ ਆਨਸਰ ਚੁਣੋ ਜੀ। ਆਲਰੇਡੀ ਪਿਛਲੇ ਪ੍ਰਸ਼ਨਾਂ ਦੇ ਵਿੱਚ ਆਨਸਰ ਆ ਚੁੱਕਾ ਹੈ ਜੀ, ਕਾਗਜ਼ ਅਤੇ ਕੈਨਵਸ, ਜਿਨ੍ਹਾਂ ਨੇ ਆਨਸਰ ਕਰਿਆ ਸਭ ਦਾ ਠੀਕ ਹੈ। ਕੁਐਸਚਨ ਨੰਬਰ 18 ਵੱਲ ਵੱਧਦੀ ਹੈ ਜੀ, ਸ਼ਿਵ ਕੁਮਾਰ ਨੂੰ ਲੂਣਾ ਦੇ ਲਈ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ ਏ 1963, ਬੀ 1965, ਸੀ 1967 ਅਤੇ ਡੀ 1969। ਸਹੀ ਆਨਸਰ 18 ਨੰਬਰ ਲਈ ਕਰੋ ਜੀ। ਕੁਐਸਚਨ ਨੰਬਰ 18 ਦੇ ਲਈ ਆਨਸਰ ਕਰਿਆ ਜਾਵੇ ਕਿ ਕਦੋਂ ਮਿਲਿਆ ਸਾਹਿਤ ਅਕਾਦਮੀ ਅਵਾਰਡ। ਜੀ,
ਜਿਹੜੇ ਵੀ ਆਨਸਰ ਕਰ ਰਹੇ ਨੇ 1967 ਸਭ ਦਾ ਸਹੀ ਉੱਤਰ ਹੈ ਕੁਐਸਚਨ ਨੰਬਰ 19 ਵੱਲ ਵੱਧਦੇ ਹਾਂ। ਪੂਰਨ ਸਿੰਘ ਦੀਆਂ ਰਚਨਾਵਾਂ ਵਿੱਚ ਕਾਹਦੀ ਤਾਂਘ ਹੈ? ਆਪਸ਼ਨ ਹੈ ਆਜ਼ਾਦੀ ਦੀ, ਬੀ ਗੁਲਾਮੀ ਦੀ, ਸੀ ਉਮੀਦ ਦੀ ਅਤੇ ਡੀ ਪਰੰਪਰਾ ਨਿਭਾਉਣ ਦੀ। ਕਰੋ ਜੀ ਸਹੀ ਆਨਸਰ ਪ੍ਰਸ਼ਨ ਨੰਬਰ 19 ਦੇ ਲਈ। ਕਾਹਦੀ ਤਾਂਘ ਦਿਖਾਈ ਦਿੰਦੀ ਹੈ ਪ੍ਰੋਫੈਸਰ ਪੂਰਨ ਸਿੰਘ ਦੀਆਂ ਕਵਿਤਾਵਾਂ ਦੇ ਵਿੱਚ? ਜੀ ਜਿਹੜੇ ਵੀ ਆਨਸਰ ਕਰ ਰਹੇ ਨੇ ਆਜ਼ਾਦੀ ਦੀ ਸਭ ਦਾ ਠੀਕ ਉੱਤਰ ਹੋਵੇਗਾ ਕੁਐਸਚਨ ਨੰਬਰ 20। ਵੀ ਨੰਬਰ ਹੈ ਜੀ, ਅੰਮ੍ਰਿਤਾ ਪ੍ਰੀਤਮ ਦੇ ਕਿਹੜੇ ਨਾਵਲ 'ਤੇ ਹਿੰਦੀ ਫਿਲਮ ਬਣੀ? ਆਪਸ਼ਨ ਏ ਇੱਕ ਸੀ ਅਨੀਤਾ, ਬੀ ਕੋਰੇ ਕਾਗਜ਼, ਸੀ ਪਿੰਜਰ ਅਤੇ ਡੀ ਡਾਕਟਰ ਦੇਵ। ਕੁਐਸਚਨ ਨੰਬਰ 20 ਦੇ ਲਈ ਸਹੀ ਉੱਤਰ ਚੁਣੋ ਜੀ। ਜੀ ਹਾਂ, 20 ਨੰਬਰ ਲਈ ਜਿਨ੍ਹਾਂ ਨੇ ਪਿੰਜਰ ਆਨਸਰ ਕੀਤਾ ਹੈ ਸਭ ਦਾ ਠੀਕ ਹੈ। 2003 ਦੇ ਵਿੱਚ ਫਿਲਮ ਬਣੀ ਸੀ। ਕੁਐਸਚਨ ਨੰਬਰ 21 ਹੈ, ਸ਼ਿਵ ਡੈਸ਼ ਦਾ ਸ਼ਾਇਰ ਹੈ? ਆਪਸ਼ਨ ਏ ਬਿਰਹਾ, ਬੀ ਉਦਾਸੀ, ਸੀ ਸੰਘਰਸ਼ ਅਤੇ ਡੀ ਏ ਅਤੇ ਬੀ। ਸਹੀ ਆਨਸਰ 21 ਨੰਬਰ ਦੇ ਲਈ ਕਰੋ ਜੀ। ਪ੍ਰਸ਼ਨ ਨੰਬਰ 21 ਦੇ ਲਈ ਸਹੀ ਉੱਤਰ ਚੁਣਿਆ ਜਾਵੇ। 21 ਨੰਬਰ ਲਈ ਜਿਹੜੇ ਵੀ ਆਨਸਰ ਕਰ ਰਹੇ ਨੇ ਆਪਸ਼ਨ ਡੀ, ਯਾਨੀ ਕਿ ਏ ਅਤੇ ਬੀ ਦੋਵੇਂ ਹੀ ਬਿਲਕੁਲ ਠੀਕ ਉੱਤਰ ਹੋਣਗੇ। ਕੁਐਸਚਨ ਨੰਬਰ 22 ਹੈ ਜੀ, ਪੂਰਨ ਸਿੰਘ ਦੀ ਕਵਿਤਾ ਕਿਸ ਦਾ ਵਿਰੋਧ ਕਰਦੀ ਹੈ? ਆਪਸ਼ਨ ਏ ਆਜ਼ਾਦੀ ਅਤੇ ਖੁੱਲ੍ਹਾਪਣ, ਬੀ ਵਚਨਬੱਧਤਾ, ਸੀ ਪਰੰਪਰਾ ਅਤੇ ਗੁਲਾਮੀ ਅਤੇ ਡੀ ਇਹਨਾਂ ਇਸ ਦੁਨੀਆ ਦਾ। ਕੁਐਸਚਨ ਨੰਬਰ 22 ਲਈ ਆਨਸਰ ਕਰਿਆ ਜਾਵੇ। ਕਰੋ ਜੀ 22 ਨੰਬਰ ਦੇ ਲਈ ਸਹੀ ਉੱਤਰ। ਪ੍ਰਸ਼ਨ ਨੰਬਰ 22, 22 ਨੰਬਰ ਦੇ ਲਈ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਪਰੰਪਰਾ ਅਤੇ ਗੁਲਾਮੀ, ਠੀਕ ਉੱਤਰ ਹੋਵੇਗਾ। ਕੁਐਸਚਨ ਨੰਬਰ 23 ਦੇ ਵੱਲ ਵੱਧਦੇ ਹਾਂ। 23 ਨੰਬਰ, ਅੰਮ੍ਰਿਤਾ ਪ੍ਰੀਤਮ ਨੂੰ ਪਦਮ ਵਿਭੂਸ਼ਣ ਪੁਰਸਕਾਰ ਕਦੋਂ ਮਿਲਿਆ? ਆਪਸ਼ਨ ਏ 2001, ਬੀ 2002, ਸੀ 2003, ਡੀ 2004। ਪ੍ਰਸ਼ਨ ਨੰਬਰ 23 ਦੇ ਲਈ ਸਹੀ ਉੱਤਰ ਚੁਣੋ ਜੀ। ਕੁਐਸਚਨ ਨੰਬਰ 23 ਲਈ ਸਹੀ ਉੱਤਰ ਚੁਣਿਆ ਜਾਵੇ। ਹਾਂਜੀ 23 ਨੰਬਰ ਲਈ ਜਿਹੜੇ 2004 ਆਂਸਰ ਕਰ ਰਹੇ ਨੇ ਬਿਲਕੁਲ ਠੀਕ ਆਂਸਰ ਹੈ। ਕੁਐਸਚਨ ਨੰਬਰ 24, ਭਾਸ਼ਾ ਵਿਭਾਗ ਵੱਲੋਂ ਪੁਰਸਕਾਰ ਕਿਸ ਰਚਨਾ ਦੇ ਲਈ ਮਿਲਿਆ? ਸ਼ਿਵ ਕੁਮਾਰ ਬਟਾਲਵੀ ਨੂੰ। ਹਾਂਜੀ ਸ਼ਿਵ ਕੁਮਾਰ ਬਟਾਲਵੀ ਨੂੰ ਭਾਸ਼ਾ ਵਿਭਾਗ ਦੇ ਵੱਲੋਂ ਪੁਰਸਕਾਰ ਕਿਸ ਰਚਨਾ ਦੇ ਲਈ ਮਿਲਿਆ? ਆਪਸ਼ਨ ਏ ਆਰਤੀ, ਬੀ ਲਾਜਵੰਤੀ, ਸੀ ਆਟੇ ਦੀ ਚਿੜੀਆਂ ਅਤੇ ਡੀ ਅਸਾਂ ਤਾਂ ਜੋਬਨ ਰੁੱਤੇ ਮਰਨਾ। 24 ਦੇ ਲਈ ਸਹੀ ਆਂਸਰ ਕਰੋ। 24 ਨੰਬਰ ਲਈ ਆਂਸਰ ਸੀ ਆ ਰਿਹਾ, ਠੀਕ ਹੈ। ਜਿਹੜੇ ਆਨਸਰ ਸੀ ਕਰ ਰਹੇ ਨੇ। ਕੁਐਸਚਨ ਨੰਬਰ 25, 25 ਨੰਬਰ ਏ ਅੰਮ੍ਰਿਤਾ ਪ੍ਰੀਤਮ ਨੂੰ ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ? ਆਪਸ਼ਨ 1956, ਬੀ 1969, ਸੀ 2003, ਡੀ 2004। ਕੁਐਸਚਨ ਨੰਬਰ 25 ਲਈ ਸਹੀ ਆਨਸਰ ਕਰਿਆ ਜਾਵੇ। ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ? 1969 ਆਨਸਰ ਕਰਨ ਵਾਲੇ ਠੀਕ ਨੇ ਜੀ। ਪਦਮ ਸ਼੍ਰੀ ਪੁੱਛਿਆ ਗਿਆ ਜੀ ਇੱਥੇ। ਸੋ ਜਿਹੜੇ 1969 ਆਨਸਰ ਕਰ ਰਹੇ ਨੇ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 26, ਸ਼ਿਵ ਕੁਮਾਰ ਨੂੰ ਪੰਜਾਬੀ ਕਾਵਿ ਦੀ ਕਿਹੜੀ ਕਾਵਿ ਧਾਰਾ ਦਾ ਸ਼ਿਖਰ ਮੰਨਿਆ ਜਾਂਦਾ ਹੈ? ਆਪਸ਼ਨ ਏ ਰੋਮਾਂਸਵਾਦੀ, ਬੀ ਜੁਝਾਰਵਾਦੀ, ਸੀ ਰਹੱਸਵਾਦੀ ਅਤੇ ਡੀ ਪ੍ਰਯੋਗਵਾਦੀ। ਕੁਐਸਚਨ ਨੰਬਰ 26 ਲਈ ਆਨਸਰ ਕਰੋ ਜੀ। ਪ੍ਰਸ਼ਨ ਨੰਬਰ 26 ਲਈ ਸਹੀ ਉੱਤਰ ਚੁਣਿਆ ਜਾਵੇ। ਜੀ 26 ਦੇ ਲਈ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਰੋਮਾਂਸਵਾਦੀ ਸਭ ਦਾ ਠੀਕ ਉੱਤਰ ਹੋਵੇਗਾ। ਕੁਐਸਚਨ ਨੰਬਰ 27, 27 ਨੰਬਰ, ਲਾਈਫ ਟਾਈਮ ਅਚੀਵਮੈਂਟ ਅਵਾਰਡ ਅੰਮ੍ਰਿਤਾ ਪ੍ਰੀਤਮ ਨੂੰ ਕਦੋਂ ਮਿਲਿਆ? ਆਪਸ਼ਨ ਏ 2000, ਬੀ 2002, ਸੀ 2004 ਅਤੇ ਡੀ 2005। ਕੁਐਸਚਨ ਨੰਬਰ 27 ਲਈ ਆਨਸਰ ਕਰਿਆ ਜਾਵੇ। ਹਾਂਜੀ ਪ੍ਰਸ਼ਨ ਨੰਬਰ 27 ਦੇ ਲਈ ਆਨਸਰ ਕਰੋ। ਲਾਈਫ ਟਾਈਮ ਅਚੀਵਮੈਂਟ ਅਵਾਰਡ ਕਦੋਂ ਮਿਲਿਆ? 2002 ਦੇ ਵਿੱਚ ਮਿਲਿਆ। ਜਿਹੜੇ ਆਨਸਰ ਬੀ ਦੇ ਨਾਲ ਜਾ ਰਹੇ ਨੇ ਸਾਰੇ ਠੀਕ ਨੇ, ਬਾਕੀ ਨੋਟ ਕਰਨ। ਕੁਐਸਚਨ ਨੰਬਰ 28, ਪੂਰਨ ਸਿੰਘ ਦੇ ਅਨੁਸਾਰ ਪੰਜਾਬ ਦੇ ਦਰਿਆ ਕਿਹੜੀ ਬਾਣੀ ਗਾਉਂਦੇ ਹਨ? ਆਪਸ਼ਨ ਏ ਜਪਜੀ ਸਾਹਿਬ, ਬੀ ਸੁਖਮਣੀ ਸਾਹਿਬ, ਸੀ ਆਨੰਦ ਸਾਹਿਬ ਅਤੇ ਡੀ ਗੁਰੂਆਂ ਦੀ। ਕੁਐਸਚਨ ਨੰਬਰ 28 ਲਈ ਆਨਸਰ ਕਰੋ ਜੀ। ਹਾਂਜੀ
28 ਲਈ ਜਿਹੜੇ ਏ ਆਪਸ਼ਨ ਨਾਲ ਜਾ ਰਹੇ ਨੇ ਸਾਰੇ ਬਿਲਕੁਲ ਠੀਕ ਨੇ। ਕੁਐਸਚਨ ਨੰਬਰ 29, 29 ਨੰਬਰ ਏ, ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਅਵਾਰਡ ਕਦੋਂ ਮਿਲਿਆ? ਆਪਸ਼ਨ 1953, ਬੀ 1954, ਸੀ 1955 ਅਤੇ ਡੀ 1956। ਪ੍ਰਸ਼ਨ ਨੰਬਰ 29 ਦੇ ਲਈ ਆਂਸਰ ਕਰਿਆ ਜਾਵੇ। ਹਾਂਜੀ 29 ਨੰਬਰ ਦੇ ਲਈ ਜਿਹੜੇ ਵੀ ਆਂਸਰ ਕਰ ਰਹੇ ਨੇ ਆਪਸ਼ਨ 1956 ਬਿਲਕੁਲ ਠੀਕ ਆਂਸਰ ਹੋਵੇਗਾ। ਕੁਐਸਚਨ ਨੰਬਰ 30, ਪੀੜ੍ਹੀਆਂ ਦਾ ਪਰਾਗਾ ਦੇ ਮੁੱਖ ਬੰਦ ਕਿਸਨੇ ਲਿਖੇ ਹਨ? ਆਪਸ਼ਨ ਏ ਅੰਮ੍ਰਿਤਾ ਪ੍ਰੀਤਮ, ਬੀ ਬਲਵੰਤ ਗਾਰਗੀ, ਸੀ ਮੋਹਨ ਸਿੰਘ ਅਤੇ ਡੀ ਸੁਰਜੀਤ ਪਾਤਰ। ਕੁਐਸਚਨ ਨੰਬਰ 30 ਦੇ ਲਈ ਆਂਸਰ ਕਰੋ ਜੀ। ਹਾਂਜੀ 30 ਨੰਬਰ ਦੇ ਲਈ ਜਿਹੜੇ ਵੀ ਆਂਸਰ ਕਰ ਰਹੇ ਨੇ ਇਹ ਆਪਸ਼ਨ, ਪੀੜ੍ਹੀਆਂ ਦਾ ਪਰਾਗਾ ਦੇ ਮੁੱਖ ਬੰਦ ਅੰਮ੍ਰਿਤਾ ਪ੍ਰੀਤਮ ਨੇ ਲਿਖੇ, ਆਪਸ਼ਨ ਏ ਠੀਕ ਹੋਵੇਗਾ। ਕੁਐਸਚਨ ਨੰਬਰ 31, ਅਧਿਆਤਮਕ ਕਵਿਤਾਵਾਂ ਵਿੱਚ ਪੂਰਨ ਸਿੰਘ ਮਨੁੱਖ ਨੂੰ ਕੀ ਦੱਸਦਾ ਹੈ? ਆਪਸ਼ਨ ਏ ਭਟਕਦੀ ਆਤਮਾ, ਬੀ ਪਤੰਗ, ਸੀ ਬੱਦਲ ਅਤੇ ਡੀ ਬੇਮੁਖ ਹੋਇਆ ਇਨਸਾਨ। 31 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ। ਹਾਂਜੀ ਅਧਿਆਤਮਕ ਕਵਿਤਾਵਾਂ ਦੇ ਵਿੱਚ ਪ੍ਰੋਫੈਸਰ ਪੂਰਨ ਸਿੰਘ ਮਨੁੱਖ ਦੀ ਤੁਲਨਾ ਕਿਸ ਦੇ ਨਾਲ ਕਰਦੇ ਹਨ? ਠੀਕ ਹੈ, ਜਾਂ ਕਿਹੜਾ ਬਿੰਬ ਵਰਤਿਆ ਹੈ, ਇੱਦਾਂ ਵੀ ਕੁਐਸਚਨ ਬਣ ਸਕਦਾ ਹੈ। ਬੀ ਆਪਸ਼ਨ ਜਿਨ੍ਹਾਂ ਨੇ ਆਂਸਰ ਕਰਿਆ ਬਿਲਕੁਲ ਠੀਕ ਹੈ। ਕੁਐਸਚਨ ਨੰਬਰ 32, ਅੰਮ੍ਰਿਤਾ ਪ੍ਰੀਤਮ ਨੂੰ ਸਾਹਿਤ ਅਕਾਦਮੀ ਅਵਾਰਡ ਕਿਸ ਰਚਨਾ ਲਈ ਮਿਲਿਆ? ਆਪਸ਼ਨ ਏ ਮੈਂ ਜਮਾਂ ਤੂੰ, ਬੀ ਸੁਨੇਹੜੇ, ਸੀ ਮੈਂ ਤਰੀਖ ਹਿੰਦ ਦੀ ਅਤੇ ਡੀ ਠੰਡੀਆਂ ਕਿਰਨਾਂ। ਕੁਐਸਚਨ ਨੰਬਰ 32, 32 ਲਈ ਆਂਸਰ ਕਰੋ ਜੀ। ਹਾਂਜੀ 32 ਦੇ ਲਈ ਜਿਹੜੇ ਆਂਸਰ ਕਰ ਰਹੇ ਨੇ ਸੁਨੇਹੜੇ, ਠੀਕ ਆਂਸਰ ਹੈ ਜੀ। ਕੁਐਸਚਨ ਨੰਬਰ 33, 33 ਨੰਬਰ ਕੁਐਸਚਨ ਏ ਮੈਨੂੰ ਵਿਦਾ ਕਰੋ ਕਿਸ ਨੂੰ ਸਮਰਪਿਤ ਹੈ? ਆਪਸ਼ਨ ਏ ਅੰਮ੍ਰਿਤਾ ਪ੍ਰੀਤਮ, ਬੀ ਬਲਵੰਤ ਗਾਰਗੀ, ਸੀ ਮੋਹਨ ਸਿੰਘ ਅਤੇ ਡੀ ਸੁਰਜੀਤ ਪਾਤਰ। 33 ਨੰਬਰ ਲਈ ਸਹੀ ਆਂਸਰ ਕਰਿਆ ਜਾਵੇ। ਕੁਐਸਚਨ ਨੰਬਰ 33, 33 ਦੇ ਲਈ ਸਹੀ ਆਂਸਰ ਕਰੋ। ਸੋ ਮੈਨੂੰ ਵਿਦਾ ਕਰੋ ਸਮਰਪਿਤ ਹੈ ਬਲਵੰਤ ਗਾਰਗੀ ਨੂੰ, ਆਪਸ਼ਨ ਬੀ ਵਾਲੇ ਬਿਲਕੁਲ ਠੀਕ ਨੇ। ਕੁਐਸਚਨ ਨੰਬਰ 34, ਪੂਰਨ ਸਿੰਘ ਕਿਸ ਦੀ ਕਵਿ ਪੂਰਨ ਸਿੰਘ ਦੀ ਕਿਸ ਕਵਿਤਾ ਵਿੱਚ ਨਾਟਕੀ ਤੱਤ ਵਧੇਰੇ ਹਨ? ਆਪਸ਼ਨ ਏ ਖੂਹ ਉੱਤੇ, ਬੀ ਜੰਗਲੀ ਫੁੱਲ, ਸੀ ਪੂਰਨਨਾਥ ਜੋਗੀ ਅਤੇ ਡੀ ਪੁਰਾਣੇ ਪੰਜਾਬ ਨੂੰ ਆਵਾਜ਼ਾਂ। ਕੁਐਸਚਨ ਨੰਬਰ 34 ਲਈ ਸਹੀ ਆਂਸਰ ਕਰਿਆ ਜਾਵੇ। ਹਾਂਜੀ ਪੂਰਨ ਨਾਥ ਜੋਗੀ ਆਪਸ਼ਨ ਸੀ ਆਂਸਰ ਕਰਨ ਵਾਲੇ ਸਾਰੇ ਹੀ ਠੀਕ ਨੇ। ਕੁਐਸਚਨ ਨੰਬਰ 35, 35 ਨੰਬਰ ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? ਆਪਸ਼ਨ ਏ 1922, ਬੀ 1923, ਸੀ 1925, ਡੀ 1929। ਸਹੀ ਆਂਸਰ ਕੁਐਸਚਨ ਨੰਬਰ 35 ਲਈ ਚੁਣਿਆ ਜਾਵੇ। ਖੁੱਲ੍ਹੇ ਮੈਦਾਨ ਕਾਵਿ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? ਇਹ ਹੋਇਆ ਜੀ 1922 ਦੇ ਵਿੱਚ। ਆਪਸ਼ਨ ਏ ਆਂਸਰ ਕਰਨ ਵਾਲੇ ਸਾਰੇ ਠੀਕ ਨੇ। ਕੁਐਸਚਨ ਨੰਬਰ 36, ਅੰਮ੍ਰਿਤਾ ਪ੍ਰੀਤਮ ਦੇ ਪਿਤਾ ਉਸਦੀਆਂ ਕਵਿਤਾਵਾਂ ਕਿਸ ਮਾਸਿਕ ਪੱਤਰ ਵਿੱਚ ਛਾਪਦੇ ਸਨ? ਆਪਸ਼ਨ ਏ ਪੰਜਾਬੀ ਸਾਹਿਤ, ਬੀ ਹਿਤਕਾਰੀ, ਸੀ ਪ੍ਰੀਤਮ ਅਤੇ ਡੀ ਰਣਜੀਤ ਨਗਾਰਾ। ਕੁਐਸਚਨ ਨੰਬਰ 36 ਲਈ ਸਹੀ ਆਂਸਰ ਕਰੋ ਜੀ। ਹਾਂਜੀ ਪ੍ਰਸ਼ਨ ਨੰਬਰ 36 ਲਈ ਸਹੀ ਉੱਤਰ ਚੁਣਿਆ ਜਾਵੇ। ਸੋ ਜਿਹੜੇ ਵੀ ਆਪਸ਼ਨ ਡੀ ਦੇ ਨਾਲ ਜਾ ਰਹੇ ਆ ਬਿਲਕੁਲ ਠੀਕ ਨੇ। ਕੁਐਸਚਨ ਨੰਬਰ 37, ਸ਼ਿਵ ਕੁਮਾਰ ਦੀ ਕਵਿਤਾ ਕਵਿਤਾ ਵਿੱਚ ਕਿਸ ਦਾ ਸੁਮੇਲ ਹੈ? ਆਪਸ਼ਨ ਏ ਸੰਗੀਤ ਅਤੇ ਸਾਹਿਤ, ਬੀ ਸੰਗੀਤ ਅਤੇ ਸੰਸਕਾਰ, ਸੀ ਪ੍ਰੇਮ ਅਤੇ ਸਿੱਖਿਆ ਅਤੇ ਡੀ ਪ੍ਰਕਿਰਤੀ ਅਤੇ ਪਰਮਾਤਮਾ। 37 ਨੰਬਰ ਦੇ ਲਈ ਸਹੀ ਉੱਤਰ ਚੁਣਿਆ ਜਾਵੇ। ਪ੍ਰਸ਼ਨ ਨੰਬਰ 37, ਜਿਹੜੇ ਵੀ ਆਂਸਰ ਕਰ ਰਹੇ ਨੇ 37 ਨੰਬਰ ਲਈ ਸੰਗੀਤ ਅਤੇ ਸਾਹਿਤ, ਆਪਸ਼ਨ ਏ ਬਿਲਕੁਲ ਠੀਕ ਉੱਤਰ ਹੋਵੇਗਾ। 38 ਨੰਬਰ ਏ ਖੁੱਲ੍ਹੇ ਅਸਮਾਨੀ ਰੰਗ ਕਾਵਿ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ? ਆਪਸ਼ਨ ਏ 1925, ਬੀ 1952, ਸੀ 1956, ਡੀ 1965। ਪ੍ਰਕਾਸ਼ਨ ਸਾਲ ਖੁੱਲ੍ਹੇ ਅਸਮਾਨੀ ਰੰਗ ਦਾ ਚੁਣਿਆ ਜਾਵੇ। ਹਾਂਜੀ ਖੁੱਲ੍ਹੇ ਅਸਮਾਨੀ ਰੰਗ ਲਈ ਜਿਹੜੇ ਆਪਸ਼ਨ ਡੀ ਚੁਣ ਰਹੇ ਨੇ ਬਿਲਕੁਲ ਠੀਕ ਨੇ 1965 ਦੇ ਵਿੱਚ। ਕੁਐਸਚਨ ਨੰਬਰ 39, ਅੰਮ੍ਰਿਤਾ ਪ੍ਰੀਤਮ ਦੀਆਂ 94 ਕਵਿਤਾਵਾਂ ਦਾ ਸੰਗ੍ਰਹਿ ਕਿਹੜਾ ਹੈ? ਆਪਸ਼ਨ ਏ 6 ਰੁੱਤਾਂ, ਬੀ ਸੁਨੇੜੇ, ਸੀ ਮੈਂ ਜਮਾਂ ਤੂੰ ਅਤੇ ਡੀ ਏ ਅਤੇ ਸੀ।
करो जी आंसर क्वेश्चन नंबर 39 दे लई। हाँ जी 39 नंबर लई सही आंसर करया जावे 94 कविताओं का संग्रह पूछा है ए अते सी आंसर करने वाले सारे ठीक ने। क्वेश्चन नंबर 40 खुले घुंड काव्य संग्रह कदों प्रकाशित होया ऑप्शन ए 1923 बी 1925 सी 1929 ते डी 1931। प्रश्न नंबर 40 लिए आंसर करो जी खुले घुंड काव्य संग्रह कदों प्रकाशित होया खुले घुंड काव्य संग्रह प्रकाशित होया जी 1900 जी जिन्होंने आंसर कर 1923 ठीक आंसर है जी। क्वेश्चन नंबर 41 वाल वध दें जी 41 नंबर है जी मैं तारीख हिंद दी किस नाल संबंधित है किस नाल संबंधित कविता है ऑप्शन ए भारत नाल बी पाकिस्तान नाल सी प्रेम नाल ते डी 1947 देश बन नाल। करैक्ट आंसर क्वेश्चन नंबर 41 लिए करया जावे जी क्वेश्चन नंबर 41 लिए आंसर करो मैं तारीख हिंद दी 1947 दे देश वंड दे नाल संबंधित है बिल्कुल ठीक है। क्वेश्चन नंबर 42 केड़ा काव्य संग्रह मौत तो पिछों प्रकाशित होया ए शिव कुमार बटालवी का जी 42 नंबर लिए सही आंसर करया जावे केड़ा काव्य संग्रह मौत पिछों प्रकाशित होया अलविदा लाजवंती दर्दमंदा दियां आही इन्हां विचों कोई भी नहीं 42 नंबर लई जिन्हां दा आंसर आ रहा ऑप्शन ए अलविदा बिल्कुल ठीक आंसर होवेगा। 43 नंबर क्वेश्चन ए खुले लेख निबंध संग्रह कदों प्रकाशित होया ऑप्शन ए 1925 बी 1929 बी 1927 सी 1929 डी 1931। सही आंसर क्वेश्चन नंबर 43 दे लई करो जी। हाँ जी 43 नंबर लई जिहड़े ऑप्शन सी चुन रहे ने 1929 सब दा ठीक उत्तर होवेगा। क्वेश्चन नंबर 43 तो बाद 44 नंबर है मैं तारीख हिंद दी दा प्रकाशन साल चुने जावे ऑप्शन ए 1948 बी 1949 सी 1950 डी 1951। क्वेश्चन नंबर 44 लई आंसर करो। हाँ जी 44 नंबर लई सही उत्तर चुने जावे मैं तारीख हिंद दी प्रकाशन साल जिहड़े भी आंसर कर रहे ने 1950। हाँ जी जिन्हों का आंसर 1950 आया है सब का है बिल्कुल ठीक। क्वेश्चन नंबर 45 लाजवंती का प्रकाशन साल चुने जाए ऑप्शन ए 1960 बी 1961 सी 1962 डी 1963। लाजवंती संग्रह का प्रकाशन साल करो जी सही उत्तर जिन्हों का आंसर 1961 आ रहा ऑप्शन बी ठीक आंसर होगा। क्वेश्चन नंबर 40 है पूरन सिंह जीवन ते कविता सरलेख अधीन पूरन सिंह दी कवितावां दा संपादन किसने किया ऑप्शन ए जीत सिंह शीतल बी वणजारा बेदी सी महेंद्र सिंह रंधावा ते डी करतार सिंह दुग्गल। 46 नंबर लिए आंसर करो जी। हाँ जी प्रश्न नंबर 46 दे लई सही उत्तर चुनिया जाए 46 के लिए जिन्होंने भी आंसर किया है ऑप्शन सी महेंद्र सिंह रंधावा ठीक उत्तर होगा। क्वेश्चन नंबर 47 है जी अमृता प्रीतम की शाहकार रचना केड़ी है ऑप्शन ए अजाखां वारी शान बी पत्थर गीटे सी मैं तारीख हिंद दी ते डी मैं जमा तू। 47 नंबर लिए आंसर करो जी। हाँ जी नमस्कार सत श्री अकाल जी क्वेश्चन नंबर 47 के लिए जिन्हों का आंसर आ रहा अजाखां वारी शान सब दा बिल्कुल ठीक आंसर है। क्वेश्चन नंबर 48 शिव कुमार ने कविता विच केड़े केड़े रस वधेरे वरते हैं ऑप्शन ए करुणा बी अद्भुत सी शिंगार ते डी ए ते सी। 48 नंबर क्वेश्चन लिए आंसर करो। 48 दे लई जिहड़े भी जा रहे ने ऑप्शन डी दे नाल बिल्कुल ठीक उत्तर है जी सत श्री अकाल जी। क्वेश्चन नंबर 49 ਦੇ ਵੱਲ ਵੱਧਦੇ ਹਾਂ ਜੀ 49 ਨੰਬਰ ਏ ਦੀਵਾਨ ਸਿੰਘ ਕਾਲੇ ਪਾਣੀ ਦਾ ਜਨਮ ਕਦੋਂ ਹੋਇਆ ਆਪਸ਼ਨ ਏ
22 मई 1993, बी 22 मई 1995, सी 22 मई 1997 ते डी 22 मई 1998। सॉरी 1800 है सब दे नाल। 22 मई 1893, 22 मई 1895, 22 मई 1897 ते 22 मई 1899। क्वेश्चन नंबर 49 के लिए आंसर करो, दीवान सिंह कालीपाणी का जन्म कदों होया। जिहड़े भी ऑप्शन सी दे नाल जा रहे हैं, हाँ जी 22 मई 1897 सब दा ठीक उत्तर होगा। क्वेश्चन नंबर 50 दे वल वधदे हां जी, अमृता प्रीतम दा मैंबर कदों चुनिया गया। ऑप्शन ए 1984, बी 1985, सी 1986, डी 1987। प्रश्न नंबर 50, सही उत्तर 50 दे लई चुनिया गया जी। 50 नंबर लई जिन्हां का भी आंसर आ रहा ऑप्शन सी 1986 बिल्कुल ठीक आंसर होगा। हाँ जी जिन्होंने भी बुक वगैरह लैनी है जी, नंबर अपना 7837896518 इस पर वट्सअप मैसेज कर जाए। शिव कुमार बटालवी निराशावादी कवि किसने कहा? ऑप्शन है जीत सिंह शीतल, बी जीत पात्र, सी हीरा सिंह दर्द ते डी बलवंत गार्गी। क्वेश्चन नंबर 51 लई करैक्ट आंसर कराया जाए। हाँ जी क्वेश्चन नंबर 51 लिए आंसर करो, तो जिहड़े बुक वाले ने 7837896518 इस नंबर पर वट्सएप मैसेज करके अपनी पूरी जानकारी तुसी ले सकते हो। ठीक है जी, जिहड़ी भी बुक लैनी है, की प्राइस है, किवें आएगी, किन्ने दिनों च आएगी। सो जिन्हों का 51 नंबर के लिए आंसर आ रहा जी ऑप्शन सी हीरा सिंह दर्द सब का ठीक आंसर होगा। क्वेश्चन नंबर 52, अंतिम लहरा मौत तो किन्ने साल बाद प्रकाशित होया संग्रह? ऑप्शन है 10, बी 15, सी 18 ते डी 42। क्वेश्चन नंबर 52 के लिए आंसर करो जी, क्वेश्चन नंबर 52 के लिए आंसर कराया जाए जी। कैश ऑन डिलीवरी, कैश ऑन डिलीवरी अवेलेबल नहीं है जी अपने को। क्वेश्चन नंबर 52 लिए आंसर करो जी। हाँ जी अंतिम लहर छपया जी लगभग 18 साल। क्वेश्चन नंबर 53, अमृत लहर प्रकाशन साल दसाया जाए। ऑप्शन 1934, बी 1936, सी 1938, डी 1940। करो जी करैक्ट आंसर क्वेश्चन नंबर 53 के लिए जी। 53 नंबर लिए जिन्हों का आंसर आ रहा जी 1936 ठीक उत्तर होगा। क्वेश्चन नंबर 54, अमृता प्रीतम ने काफियां जोड़ना किस कोलों सीखा सी? ऑप्शन है अपने पिता कोलों, बी अपने गुरु कोलों, सी प्रोफेसर पूरन सिंह कोलों ते डी मोहन सिंह दीवाना कोलों। 54 नंबर लिए करैक्ट आंसर करो जी। क्वेश्चन नंबर 54, 54 के लिए जिन्हों का भी आंसर आ रहा अपने पिता कोलों ठीक आंसर होगा जी। क्वेश्चन नंबर 55, लूणा का अंग्रेजी अनुवाद किसने किया? ऑप्शन है मोहन सिंह, बी बी एम बत्ता, सी स्टूअर्ट मिल, डी हीरा सिंह। क्वेश्चन नंबर 55 लिए करैक्ट आंसर करो जी। हाँ जी 55 नंबर लिए जिन्हों का आंसर आया बी एम बत्ता बिल्कुल ठीक है जी। क्वेश्चन नंबर 56 जी, मलिया के बीर मौत तो किन्ने साल बाद प्रकाशित होया? ऑप्शन ए 43 साल, बी 42 साल, सी 18 साल ते डी 15 साल। करैक्ट आंसर क्वेश्चन नंबर 56 लिए कराया जाए जी। हाँ जी मलिया के बीर 56, अच्छा पिछले लिए मलिया के बीर जिन्होंने आंसर किया जी 42। ठीक है जी। क्वेश्चन नंबर 57, अमृता प्रीतम ने डीलेट ऑनरेरी दी डिग्री किस यूनिवर्सिटी ने दी? ऑप्शन है पंजाब यूनिवर्सिटी, बी पंजाबी यूनिवर्सिटी, सी दिल्ली यूनिवर्सिटी ते डी गुरु नानक देव यूनिवर्सिटी। 57 नंबर क्वेश्चन के लिए सही आंसर करो 57। हाँ जी जेडे आंसर दिल्ली यूनिवर्सिटी कर रहे हैं बिल्कुल ठीक आंसर है। क्वेश्चन नंबर 58 जी, अपने को शिव कुमार बटालवी ने शिव कुमार बटालवी मुड़ किस जून में आना चाहता है? ऑप्शन ए इंसान, बी रुख,
सी जानवर ते डी इन्हां विच्चों कोई भी नहीं। क्वेश्चन नंबर 58 लई आंसर करो जी। असल दे विच ऑप्शन दे विच जे मैंशन किया जाता रुख पंछी जानवर तां पक्का तुसी कन्फ्यूज़ होना सी जी चाहे पंछी हो जावां इदां, पर वो गलत है जी। इत्थे रुख आंसर करैक्ट होगा। ऑप्शन असल च इहदे जे पाई जाती तो ज़्यादा कन्फ्यूज़ होने वाली गल सी, ये कह रहा मैं। ठीक है जी, क्वेश्चन नंबर 59 ते वल वधदे हां जी। दीवान सिंह दा पहला काव्य संग्रह किहड़ा सी? ऑप्शन ए वगदे पाणी, बी अंतम लहरां, सी मलियां दे वीर ते डी इन्हां विच्चों कोई भी नहीं। 59 नंबर लई करैक्ट आंसर चुनो जी। हाँ जी, पहला काव्य संग्रह पूछा गया जी दीवान सिंह काले पाणी दा। सो जिहड़े आंसर कर रहे ने ऑप्शन ए वगदे पाणी, बिल्कुल ठीक आंसर होगा। 60 नंबर क्वेश्चन ए अमृता प्रीतम की किस रचना नूं पढ़ के तेजा सिंह ने उसनूं पंजाब दी अमृता प्रीतम की किस रचना नूं पढ़ के तेजा सिंह ने उसनूं पंजाब दी आवाज़ आख्या? ऑप्शन ए अमड़ी दा वेड़ा, बी लोक पीड़, सी लम्मियां वाटां ते डी अजाखां वारिस शाह नूं। 60 नंबर लई करैक्ट आंसर चुनो जी। जी 60 दे लई जिहड़े भी जा रहे ने ऑप्शन डी दे नाल सब दा बिल्कुल सही है जी। क्वेश्चन नंबर 61 नंबर ए शिव की मौत किवें हुई, शिव कुमार बटालवी की मौत किवें हुई? ऑप्शन ए जिगर की बीमारी करके, बी दिल की बीमारी करके, सी दुर्घटना विच ते डी तपदिक नाल। 61 नंबर क्वेश्चन दे लई करैक्ट आंसर करो जी। हाँ जी, शिव कुमार की मौत जिगर की बीमारी करके हुई, सब बिल्कुल ठीक है जी। जिहड़े आंसर कर रहे ने ऑप्शन ए शराब बहुत पीन करके। क्वेश्चन नंबर 62 है काली पाणी का आखिरी काव्य संग्रह किहड़ा सी? ऑप्शन ए वगदे पाणी, बी मलियां दे वीर, सी अंतम लहरां ते डी है जी इन्हां विच्चों कोई भी नहीं। 62 नंबर लई करो सही आंसर जी। दीवान सिंह काली पाणी का आखिरी संग्रह, आखिरी काव्य संग्रह जिन्हों का आंसर आ रहा जी मलियां दे वीर, ठीक आंसर होगा। क्वेश्चन नंबर 63 अमृता प्रीतम की प्रवृत्ति है? ऑप्शन ए प्रगतिवादी, बी रोमांटिक, सी दोवें, डी इन्हां विच्चों कोई भी नहीं। तो अमृता प्रीतम दियां प्रवृत्तियां दोवें ही ने, जिन्हां ने सी आंसर करिया है सब दा बिल्कुल ठीक है जी। क्वेश्चन नंबर 64 है शिव कुमार बटालवी का 54वां काव्य संग्रह किहड़ा? ऑप्शन ए ददमंदा दियां आही, बी आटे दियां चिड़ियां, सी बिरहा दा बिरहा तू सुल्तान ते डी अलविदा। करो जी क्वेश्चन नंबर 64 ते लई करैक्ट आंसर। हाँ जी, 54वां काव्य संग्रह पूछा गया, सो बिरहा तू सुल्तान जिन्हां दा आंसर आया है बिल्कुल ठीक है। क्वेश्चन नंबर 65 अमृता प्रीतम की मौत कदों हुई? ऑप्शन ए 2003, बी 2004, सी 2005, डी 2008। अमृता प्रीतम की मौत का साल चुनिया जाए जी 2005 आंसर करने वाले सारे कैंडिडेट बिल्कुल ठीक ने जी। क्वेश्चन नंबर 66 है शिव कुमार बटालवी ने किस रचना नवा रूप दे के लूणा की रचना की? ऑप्शन ए राजा सलवान, बी पूर्ण भगत, सी राजा रसालू ते डी इन्हां विच्चों कोई भी नहीं। प्रश्न नंबर 66 लई करैक्ट आंसर करो जी। क्वेश्चन नंबर 66 सही आंसर करिया जावे। सो 66 दे लई जिन्हां दा भी आंसर आ रहा जी नवां रूप दिता जी पूर्ण भगत नूं लूणा नवें सिरलेख हेठ लिखिया इसनों। क्वेश्चन नंबर 67 काली पाणी किस प्रवृत्ति का कवि है? ऑप्शन ए रोमांटिक, बी जुझारवादी, सी प्रयोगवादी, डी प्रगतिवादी। सही उत्तर 67 नंबर लई चुनो। क्वेश्चन नंबर 67 ते लई करैक्ट आंसर करिया जावे। हाँ जी, प्रगतिवादी जिन्हां ने आंसर ऑप्शन डी चुनिया है सब दा ठीक है। क्वेश्चन नंबर 68 शिव कुमार दी कविताओं का आधार की सी? ऑप्शन ए मुहावरे, बी लोक गीत, सी दुविधा ते डी दुख। क्वेश्चन नंबर 68 लई आंसर करिया जावे।
करो जी प्रश्न नंबर 68 के लिए करेक्ट आंसर। लोक गीत आंसर करने वाले सारे कैंडिडेट ठीक ने। क्वेश्चन नंबर 69 वल वधदे आ, काले पानी नूं किसने शीर किया? ऑप्शन ए नेपालिया ने, बी अंग्रेजा ने, सी जापानिया ने, ते डी खालिस्तानिया ने। क्वेश्चन नंबर 69 लई सही आंसर करया जावे। 69 नंबर दे लई जिन्हां ने आंसर किया जी जापानिया ने, ठीक आंसर होवेगा क्वेश्चन नंबर 70। शिव कुमार की कैड़ी कविता इसत्री की वकालत करती है? ऑप्शन ए आरती, बी लाजवंती, सी लूणा, ते डी पीड़ा का परागा। क्वेश्चन नंबर 70 लई आंसर करया जावे। हाँ जी प्रश्न नंबर 70 सही उत्तर चुनिया जाए जी 70 नंबर दे लई। बिल्कुल ठीक है जी लूणा जिन्हां ने आंसर किया है ऑप्शन सी। 71 नंबर क्वेश्चन है काले पानी दी रचनावां दा केंद्र बिंदु की सी? ऑप्शन ए प्रेम, बी देशवंड, सी वंगार, ते डी सभ्याचार। क्वेश्चन नंबर 71 लई करैक्ट आंसर करो जी। हाँ जी प्रश्न नंबर 71 दे लई सही आंसर करया जावे। वंगार जिहड़े आंसर कर रहे ने ऑप्शन सी सबदा है बिल्कुल ठीक। 72 नंबर क्वेश्चन है शिव कुमार बटालवी लई मुहब्बत दे पिंड दा पटवारी शब्द किसने वरते हन? ऑप्शन ए अमृता प्रीतम, बी मोहन सिंह, सी सुरजीत पात्र, ते डी जीत सिंह शीतल। 72 नंबर लई सही आंसर करया जावे। क्वेश्चन नंबर 72 सही आंसर करो 72 दे लई। जिहड़े भी क्वेश्चन नंबर 72 दे लई आंसर कर रहे ने ऑप्शन ए अमृता प्रीतम बिल्कुल सही आंसर है जी। क्वेश्चन नंबर 73 है जी काले पानी दे विचार किस नाल मिलते जुलते सन? ऑप्शन ए वाल्टेयर, बी जॉन लॉक, सी मॉन्टेस्की, ते डी रूसो। प्रश्न नंबर 73 लई सही आंसर करो जी। हाँ जी 73 नंबर लई जिहड़े रूसो आंसर कर रहे ने सब दा है ठीक। क्वेश्चन नंबर 74 मैनू तेरा शबाब लै बैठा दी विधा की है? ऑप्शन ए कविता, बी गजल, सी गीत, ते डी इन्हां विचों कोई भी नहीं। प्रश्न नंबर 74 लई सही आंसर चुनिया जावे। हाँ जी मैनू तेरा शबाब लै बैठा ये है जी गज़ल। ऑप्शन बी आंसर करने वाले सारे ठीक ने। क्वेश्चन नंबर 75 काले पानी दी कवितावां लोगों नूं किस लई प्रेरदियां हन? ऑप्शन ए देशभगती, बी वहिमां भरमां तों दूर रहने लई, सी आज़ादी, ते डी उपरोक्त सारे सही। प्रश्न नंबर 75 लई आंसर करो उपरोक्त सारे सही आंसर आ रहा बिल्कुल ठीक है जी सब दा। क्वेश्चन नंबर 76 वल वधदे हां जी बिरहड़ा की है? ऑप्शन ए गीत, बी गज़ल, सी महाकाव्य, ते डी काव्य संग्रह। क्वेश्चन नंबर 76 लई आंसर करया जावे बिरहड़ा की है? बिरहड़ा है जी काव्य संग्रह। ऑप्शन डी आंसर करने वाले सारे कैंडिडेट बिल्कुल ठीक ने। क्वेश्चन नंबर 77 है जी हनेरी कविता विच किस दी भविखबाणी की गई है? ऑप्शन ए मौत दी, बी बदलाव दी, सी संघर्ष दी, ते डी दूजे विश्व युद्ध दी। क्वेश्चन नंबर 77 लई आंसर करो जी। हाँ जी 77 नंबर जिहड़े भी आंसर कर रहे ने दूजे विश्व युद्ध दी बिल्कुल सही उत्तर है। क्वेश्चन नंबर 78 है शिव कुमार नूं पंजाबी दे काले बागां दी कोयल किसने कहा है? ऑप्शन ए अमृता प्रीतम, बी मोहन सिंह, सी सुरजीत पात्र, ते डी जीत सिंह शीतल। क्वेश्चन नंबर 78 लई आंसर करो शिव कुमार बटालवी नूं पंजाबी दे काले बागां दी कोयल किसने कहा है? तो जिहड़े आंसर कर रहे ने जीत सिंह शीतल ऑप्शन डी सब दा सही आंसर है। क्वेश्चन नंबर 79 दे वल वधदे हां जी 79 नंबर है हनेरी कविता किस संग्रह दे विच दर्ज है? ऑप्शन ए वगदे पानी, बी मलियां दे बेर, सी दोहां विच, ते डी इन्हां विचों किसी च भी नहीं। 79 नंबर लई करैक्ट आंसर चुनिया जावे जी। क्वेश्चन नंबर 79 हाँ जी ये कविता दोहां संग्रह दे विच दर्ज है वगदे पानी दे विच अधूरी है ते मलियां दे बेर च पूरी है। क्वेश्चन नंबर 80 शिव कुमार बटालवी अपने आप नूं डैश कवि आखदा सी? ऑप्शन ए उदासी दा, बी प्रेम दा, सी बिरहा दा, ते डी
दुखी कवि। करैक्ट आंसर 80 नंबर लिए चुनो जी। 80 दे लई जिन्ना दा आंसर आ रहा है शिव कुमार बटालवी अपने आप नूं बिरह दा कवि आखदा सी। सो जिहड़े ऑप्शन सी दे नाल जा रहे ने बिल्कुल ठीक ने। क्वेश्चन नंबर 81, काले पाणी ने किहड़ी डिग्री प्राप्त कीती सी? ऑप्शन ए मास्टरी दी, बी डॉक्टरी दी, सी बोटेनी दी, ते डी सारियां। 81 नंबर लई सही उत्तर चुनिया जावे। क्वेश्चन नंबर 81 लिए सही उत्तर चुनो। सो जिहड़े 81 नंबर दे लिए डॉक्टरी आंसर कर रहे हैं बिल्कुल ठीक है, डॉक्टर दीवान सिंह काले पाणी। ना तो ही इस नूं तुसीं गैस कर सकते सी। क्वेश्चन नंबर 82, अलविदा काव्य संग्रह किस यूनिवर्सिटी ने पेश किया? ऑप्शन ए गुरु नानक देव, बी पंजाबी यूनिवर्सिटी, सी पंजाब यूनिवर्सिटी, सी ते डी है जी सेंट्रल यूनिवर्सिटी। क्वेश्चन नंबर 82 लिए करैक्ट आंसर कराया जाए। 82 नंबर जेडे ऑप्शन ए आंसर कर रहे हैं गुरु नानक देव यूनिवर्सिटी बिल्कुल ठीक उत्तर होएगा। क्वेश्चन नंबर 83, काले पाणी वहमा भरमां दा खंडन किस तरह करते हैं? ऑप्शन ए तिखे जवाब नाल, बी व्यंगात्मक रूप नाल, सी स्पष्ट तरीके नाल, ते डी इन्हां विचों कोई भी नहीं। क्वेश्चन नंबर 83 दे लई आंसर कराया जाए। हाँ जी जिन्हों का आंसर आ रहा व्यंगात्मक रूप के नाल बिल्कुल ठीक है जी। क्वेश्चन नंबर 84 है, शिव कुमार ने बिरह का संकल्प किसकी बाणी तो लिया है? ऑप्शन ए शाह हुसैन, बी बुले शाह, सी बाबा फरीद, ते डी इन्हां विचों कोई भी नहीं। 84 नंबर लई सही आंसर करो। हाँ जी बिरह का संकल्प लिया जी शिव कुमार बटालवी ने बाबा फरीद जी की बाणी चो। सो ऑप्शन सी आंसर करने वाले सारे ठीक ने। क्वेश्चन नंबर 85 है, काले पाणी ने जापानियों ने कदों गिरफ्तार किया? हाँ जी मौत तो एक साल पहला, लगभग एक साल पहला गिरफ्तार किया। तो इस हिसाब नाल तुसीं गैस लगा सकते हो मौत किस साल हुई, ये भी क्वेश्चन एक बन सकता है, आ सकता, पूछा जा सकता है। ठीक है 1943 जिहड़े आंसर कर रहे हैं बिल्कुल ठीक है, तो मौत ईयर 1944। क्वेश्चन नंबर 86, शिव की बिरह की रड़क सब तो वध किस काव्य संग्रह के विच दर्ज है? ऑप्शन ए मैं ते मैं, बी लाजवंती, सी लूणा, ते डी अलविदा। क्वेश्चन नंबर 86 लई सही आंसर कराया जाए। हाँ जी प्रश्न नंबर 86 दे लई जिहड़े आंसर कर रहे ने लाजवंती बिल्कुल ठीक आंसर होगा। क्वेश्चन नंबर 87 नंबर है जी, काली पाणी ने किस लहर के विच हिस्सा लिया? ऑप्शन ए भारत छोड़ो, बी नामिलवर्तन, सी चंपारण, ते डी इन्हां विचों कोई भी नहीं। प्रश्न नंबर 87 लई सही आंसर करो। हाँ जी 87 नंबर लई जिन्हां दा आंसर आ रहा नामिलवर्तन अंदोलन दे विच जां लहर दे विच बिल्कुल ठीक आंसर है। क्वेश्चन नंबर 88 ए, शिव कुमार ने राणी लूणा ते लाए दाग दा दोषी किस नूं दस्सिया है? ऑप्शन ए समाज नूं, बी सलवान नूं, सी खुद लूणा नूं, ते डी इन्हां विचों कोई भी नहीं। 88 नंबर क्वेश्चन दे लई सही आंसर करो जी। हाँ जी लूणा ते लाए दाग दा दोषी समाज नूं दस्सिया गया शिव कुमार बटालवी द्वारा, ऑप्शन ए करैक्ट आंसर होगा। 99 नंबर है जी, काली पाणी दीआं रचनावां दा विशा है? ऑप्शन ए अंग्रेज़ विरोधी, बी धार्मिक, सी वहम भरम, ते डी उपरोक्त सारे। 99 नंबर क्वेश्चन दे लई आंसर करो जी। हाँ जी दीवान सिंह काले पाणी दीआं कवितावां दा विशा, दिते गए उपरोक्त सारे विषय ही दीवान सिंह काले पाणी दीआं कवितावां दे ने, ऑप्शन डी करैक्ट आंसर होगा। 90 नंबर है, शिव कुमार बटालवी की मौत कदों हुई? ऑप्शन है 7 मई 1971, बी 7 मई 1972, सी 7 मई 1973, डी 7 मई 1974। प्रश्न नंबर 90 के लिए करैक्ट आंसर कराया जाए। हाँ जी 1973, इन्हों का बर्थ ईयर 1937 ते मौत 1973, एक दूजे के उल्ट बनते हैं। इस तरीके इन्हें याद रख सकते हो, सी ऑप्शन जिन्ह ने आंसर कराया बिल्कुल ठीक है। 91 नंबर क्वेश्चन है जी, हाँ जी कीड़ी मंगियाल पिंड दे विच होया डैथ हुई, ये भी याद रखना। क्वेश्चन नंबर 91, काली बाणी नूं मौत तो किन्ने साल बाद स्वतंत्रता सैनानी घोषित किया गया? ऑलरेडी क्वेश्चन का आंसर आ चुका है इस क्वेश्चन का, करो जी आंसर। 15 साल, 40 साल, 42 साल, 43 साल जी, ऑप्शन डी दे नाल मोस्टली जा रहे हैं, तो बिल्कुल है सही जिहड़े आंसर कर रहे हैं ऑप्शन डी। मनिंदर जी आई थिंक तुसी आंसर करिया सी, तो गलत हो गया,
92 नंबर क्वेश्चन। हाँ जी 92 नंबर क्वेश्चन है जी। लूणा का प्रकाशन साल दसो। ऑप्शन 1963, बी 1964, सी 1965 ते डी 1967। करेक्ट आंसर 92 नंबर डिलीट करो जी। क्वेश्चन नंबर 92, लूणा का प्रकाशित साल 1965 है जी। अवार्ड 67 च मिले। 93 नंबर क्वेश्चन है, दीवान सिंह कालेपाणी की केड़ी कविता सिलेबस विचों बैन कर दी गई सी, कर दी गई है भी कह सकते हो अजे तक बैन। ऑप्शन है हनेरी, बी कोहलू, सी पटे वाला कुत्ता ते डी परेव। 93 नंबर के लिए करैक्ट आंसर चुनिया जाए। क्वेश्चन जिन्हों का आंसर आ रहा कोहलू, बिल्कुल ठीक आंसर। 94 नंबर क्वेश्चन है, जदों कदे मैनू कविता ना सुझदी तां सामने पे खाली पन्ने वल वेख के मैनू डर आउण लगदा, इंज लगदा जिवें वर्क इंज लगदा वर्क आख रहा होवे कि हुण तेरे विच कुछ नहीं रहा, फिर मैं अशोपले जे उस खाली वर्के दी नुक्कर विच एक ओंकार लिख दिंदा, मैनू डर आउणा हट जांदा, ਇਹ ਕਥਨ ਕਿਸ ਦਾ ਹੈ? ਹਾਂਜੀ ਕੀ ਕਿਉਂ ਪੁੱਛ ਰਹੇ ਹੋ ਗਿੱਲ ਜੀ? 94 ਨੰਬਰ ਲਈ ਕਰੈਕਟ ਆਂਸਰ ਕਰਿਆ ਜਾਵੇ। ਅੱਛਾ ਕਵਿਤਾ ਬੈਨ ਕਿਉਂ ਕਰ ਦਿੱਤੀ ਗਈ ਹੈ? ਕਿਉਂਕਿ ਉਹਦੇ ਵਿੱਚ ਕੁਛ ਤੁਸੀਂ ਕਹਿ ਸਕਦੇ ਹੋ ਵੀ ਇੱਦਾਂ ਦੇ ਸ਼ਬਦ ਯੂਜ਼ ਕੀਤੇ ਗਏ ਜਿਹੜੇ ਬੱਚਿਆਂ ਦੇ ਲਈ ਸਹੀ ਨਹੀਂ ਮੰਨੇ ਗਏ, ਮੀਨਸ ਕਿ ਇਹ ਕਹਿ ਕੇ ਨਕਾਰ ਦਿੱਤਾ ਗਿਆ ਕਵਿਤਾ ਨੂੰ ਕਿ ਇਹ ਬੱਚਿਆਂ ਦਾ ਭਵਿੱਖ ਖਰਾਬ ਕਰ ਰਹੀ ਹੈ। 94 ਨੰਬਰ ਕੁਸ਼ਚਨ ਲਈ ਆਂਸਰ ਕਰਿਆ ਜਾਵੇ। ਸੋ 94 ਲਈ ਸ਼ਿਵ ਕੁਮਾਰ ਬਟਾਲਵੀ ਜਿਨ੍ਹਾਂ ਦਾ ਆਂਸਰ ਆ ਰਿਹਾ ਠੀਕ ਉੱਤਰ ਹੋਵੇਗਾ। ਬਾਕੀ ਕਰਨ ਜੀ ਨੋਟ। ਕੁਸ਼ਚਨ ਨੰਬਰ 95 ਵੱਲ ਵੱਧਦੇ ਹਾਂ। ਲੂਣਾ ਕਿਸ ਨੂੰ ਸਮਰਪਿਤ ਹੈ? ਆਪਸ਼ਨ ਏ ਜਵਾਹਰ ਲਾਲ ਨਹਿਰੂ, ਬੀ ਇੰਦਰਾ ਗਾਂਧੀ, ਸੀ ਅੰਮ੍ਰਿਤਾ ਪ੍ਰੀਤਮ ਅਤੇ ਡੀ ਬਲਰਾਜ ਸਾਹਨੀ। ਕੁਸ਼ਚਨ ਨੰਬਰ 95 ਲਈ ਆਂਸਰ ਕਰੋ ਜੀ। ਹਾਂਜੀ ਲੂਣਾ ਕਿਸ ਨੂੰ ਸਮਰਪਿਤ ਹੈ? ਲੂਣਾ ਸਮਰਪਿਤ ਹੈ ਇੰਦਰਾ ਗਾਂਧੀ ਜੀ ਨੂੰ, ਇੰਦਰਾ ਗਾਂਧੀ ਨੂੰ, ਬਿਲਕੁਲ ਠੀਕ ਹੈ। ਜਿਹੜੇ ਆਪਸ਼ਨ ਬੀ ਆਂਸਰ ਕਰ ਰਹੇ ਨੇ। ਕੁਸ਼ਚਨ ਨੰਬਰ 96, ਦੀਵਾਨ ਸਿੰਘ ਕਾਲੀਪਾਣੀ ਜੀ ਦੀ ਮੌਤ ਕਦੋਂ ਹੋਈ? ਆਪਸ਼ਨ ਏ 14 ਜਨਵਰੀ 1940, ਬੀ 14 ਜਨਵਰੀ 1942, ਸੀ 14 ਜਨਵਰੀ 1944 ਅਤੇ ਡੀ 14 ਜਨਵਰੀ 1946। ਕੁਸ਼ਚਨ ਨੰਬਰ 96 ਲਈ ਸਹੀ ਆਂਸਰ ਕਰਿਆ ਜਾਵੇ। ਕੁਸ਼ਚਨ ਨੰਬਰ 96 ਜਿਨ੍ਹਾਂ ਦਾ ਆਂਸਰ ਆ ਰਿਹਾ ਜੀ 1944, ਬਿਲਕੁਲ ਠੀਕ ਹੈ ਜੀ। ਆਪਸ਼ਨ ਸੀ। ਕੁਸ਼ਚਨ ਨੰਬਰ 97, ਕੌਣ ਸ਼ਿਵ ਕੁਮਾਰ ਬਟਾਲਵੀ ਨੂੰ ਕੀਰਸ ਦਾ ਨਾਂ ਦਿੰਦਾ ਹੈ ਜਾਂ ਕੀਰਸ ਨਾਲ ਤੁਲਨਾ ਕਰਦਾ ਹੈ? ਆਪਸ਼ਨ ਹੈ ਸੰਤੋਖ ਸਿੰਘ ਧੀਰ, ਬੀ ਬਲਰਾਜ ਸਾਹਨੀ, ਸੀ ਬਲਵੰਤ ਗਾਰਗੀ ਅਤੇ ਡੀ ਸੰਤ ਸਿੰਘ ਸੇਖੋਂ। 97 ਨੰਬਰ ਕੁਸ਼ਚਨ ਦੇ ਲਈ ਕਰੈਕਟ ਆਂਸਰ ਕਰਿਆ ਜਾਵੇ। ਹਾਂਜੀ ਕੁਸ਼ਚਨ ਨੰਬਰ 97 ਦੇ ਲਈ ਡੀ ਆਂਸਰ ਜਿਹੜੇ ਕਰ ਰਹੇ ਨੇ, ਬਿਲਕੁਲ ਠੀਕ ਹੈ। ਕੁਸ਼ਚਨ ਨੰਬਰ 98, ਦੀਵਾਨ ਸਿੰਘ ਕਾਲੇਪਾਣੀ ਭਾਰਤ ਸਰਕਾਰ ਨੇ ਸੁਤੰਤਰਤਾ ਸੈਲਾਨੀ ਐਲਾਨ ਕੀਤਾ, ਦੀਵਾਨ ਸਿੰਘ ਕਾਲੇਪਾਣੀ ਨੂੰ ਸੁਤੰਤਰਤਾ ਸੈਲਾਨੀ ਕਦੋਂ ਐਲਾਨ ਕੀਤਾ ਗਿਆ ਭਾਰਤ ਸਰਕਾਰ ਵੱਲੋਂ? ਆਪਸ਼ਨ ਏ 1938, ਬੀ 1962, ਸੀ 1983 ਅਤੇ ਡੀ 1987। ਹਾਂਜੀ ਡੀ ਆਂਸਰ ਜਿਨ੍ਹਾਂ ਦਾ ਆ ਰਿਹਾ ਸਭ ਦਾ ਠੀਕ ਹੈ ਜੀ। ਕੁਸ਼ਚਨ ਨੰਬਰ 99, ਵਗਦੇ ਪਾਣੀ ਦਾ ਪ੍ਰਕਾਸ਼ਨ ਸਾਲ ਹੈ? ਆਪਸ਼ਨ 1938, ਬੀ 1962, ਸੀ 1986 ਅਤੇ ਡੀ 1987। ਕੁਸ਼ਚਨ ਨੰਬਰ 99 ਲਈ ਆਂਸਰ ਕਰੋ ਜੀ। 99 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ 1938, ਇਹ ਆਪਸ਼ਨ ਸਭ ਦਾ ਠੀਕ ਹੈ। ਕੁਸ਼ਚਨ ਨੰਬਰ 100 ਨੰਬਰ ਕੁਸ਼ਚਨ ਹੈ, ਅੰਮ੍ਰਿਤਾ ਪ੍ਰੀਤਮ ਅੰਤਿਮ ਲਹਿਰਾਂ ਦਾ ਪ੍ਰਕਾਸ਼ਨ ਸਾਲ ਦੱਸੋ।
ਅੰਤਿਮ ਲਹਿਰਾਂ ਦਾ ਪ੍ਰਕਾਸ਼ਨ ਸਾਲ ਦੱਸਿਆ ਜਾਵੇ। ਆਪਸ਼ਨ ਏ 1938, ਬੀ 1962, ਸੀ 1986 ਅਤੇ ਡੀ 1987। ਕਰੈਕਟ ਆਂਸਰ 100 ਨੰਬਰ ਲਈ ਚੁਣੋ ਜੀ। ਕੁਐਸਚਨ ਨੰਬਰ 100 ਲਈ ਸਹੀ ਆਂਸਰ ਕਰਿਆ ਜਾਵੇ। 100 ਨੰਬਰ ਦੇ ਲਈ ਜਿਨ੍ਹਾਂ ਦਾ ਵੀ ਆਂਸਰ ਆ ਰਿਹਾ ਜੀ ਆਪਸ਼ਨ ਅੰਤਿਮ ਲਹਿਰਾਂ ਦਾ ਪ੍ਰਕਾਸ਼ਨ ਸਾਲ 1962 ਸਹੀ ਆਂਸਰ ਹੋਵੇਗਾ। ਕੁਐਸਚਨ ਨੰਬਰ 101, ਮਲਿਆਂ ਦੇ ਬੀਰ ਦਾ ਪ੍ਰਕਾਸ਼ਨ ਸਾਲ ਚੁਣਿਆ ਜਾਵੇ। ਅਸਲ 'ਚ ਇਹ ਈਅਰ ਵਾਲੇ ਵਾਰ ਵਾਰ ਭੁੱਲ ਜਾਂਦੇ ਆ, ਇਸ ਕਰਕੇ ਸਾਰੇ ਹੀ ਮੈਂਸ਼ਨ ਕੀਤੇ ਹੋਏ ਆ। ਠੀਕ ਹੈ ਜੀ, ਕਰੋ ਆਂਸਰ ਕੁਐਸਚਨ ਨੰਬਰ 101 ਦੇ ਲਈ। 101 ਨੰਬਰ ਲਈ ਸਹੀ ਉੱਤਰ ਚੁਣਿਆ ਜਾਵੇ। 1986 ਆਂਸਰ ਜਿਹੜੇ ਕਰ ਰਹੇ ਨੇ ਆਪਸ਼ਨ ਸੀ, ਸਭ ਦਾ ਹੈ ਬਿਲਕੁਲ ਠੀਕ। ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਤਾਂ ਕਿ ਮੋਟੀਵੇਸ਼ਨ ਮਿਲਦਾ ਰਹੇ ਅਤੇ ਤੁਹਾਨੂੰ ਮਿਲਦੇ ਰਹਿਣ ਨੋਟੀਫਿਕੇਸ਼ਨਸ ਨਿਊ ਨਿਊ ਕਲਾਸਿਸ ਦੇ।